ਜੇ ਤੁਹਾਡੇ ਕੋਈ ਸੱਟ ਲੱਗੀ ਹੈ, ਕੋਈ ਮੋਚ ਆਈ ਹੈ, ਤੇ ਤੁਸੀਂ ਆਪਣਾ ਐਕਸ-ਰੇ ਲੈ ਕੇ ਕਿਸੇ ਡਾਕਟਰ ਜਾਂ ਵੈਦ ਕੋਲੇ ਗਏ ਹੋ, ਉਹਨਾਂ ਨੇ ਤੁਹਾਨੂੰ ਐਕਸ-ਰੇ ਦੇਖ ਕੇ ਕਿਹਾ ਕਿ ਤੁਹਾਡਾ ਮਾਸ ਫਟਿਆ ਹੋਇਆ ਹੈ, ਤਾਂ ਉਹ ਬਿਲਕੁਲ ਗਲਤ ਕਹਿ ਰਹੇ ਨੇ, ਕਿਉਂਕਿ ਐਕਸ-ਰੇ ਦੇ ਵਿੱਚ ਕਦੇ ਵੀ ਮਾਸ ਫਟਿਆ ਨਹੀਂ ਆਉਂਦਾ। ਜ਼ਿਆਦਾਤਰ ਲੋਕਾਂ ਨੂੰ ਇਹ ਗੱਲ ਕਰਕੇ ਗੁੰਮਰਾਹ ਕੀਤਾ ਜਾਂਦਾ ਹੈ ਕਿ ਤੁਹਾਡਾ ਮਾਸ ਫਟਿਆ, ਇਹਨੂੰ ਬੰਨਣਾ ਪਊਗਾ, ਇਹ 'ਤੇ ਪਲਾਸਟਰ ਲਾਉਣਾ ਪਊ, ਆਹ ਕਰਨਾ ਪਊ। ਇੱਦਾਂ ਦਾ ਕੁਛ ਨਹੀਂ ਹੁੰਦਾ। ਐਕਸ-ਰੇ ਦੇ ਵਿੱਚ ਮਾਸ ਫਟਿਆ ਨਹੀਂ ਹੁੰਦਾ, ਉਹ ਸਿਰਫ ਕਲੀ ਸੋਜ ਹੁੰਦੀ ਹੈਗੀ, ਹਲਕੀ ਫੁਲਕੀ ਸੋਜ ਆਈ ਹੁੰਦੀ ਹੈ, ਉਹਨੂੰ ਹੀ ਮਾਸ ਫਟੇ ਦਾ ਨਾਮ ਦਿੱਤਾ ਜਾਂਦਾ। ਐਕਸ-ਰੇ ਦਾ ਜੋ ਕੰਮ ਹੈ ਅਸਲੀ, ਉਹ ਤੁਹਾਡੇ ਫੇਫੜਿਆਂ ਦੇ ਵਿੱਚ ਰੇਸ਼ਾ ਦੇਖਣਾ, ਤੁਹਾਡੇ ਹੱਡੀਆਂ ਦੇ ਵਿੱਚ ਕੋਈ ਫ੍ਰੈਕਚਰ ਦੇਖਣਾ, ਕਿ ਤੁਸੀਂ ਹੱਡੀ ਟੁੱਟੀ ਤਾਂ ਨਹੀਂ। ਹੱਡੀ ਦੇ ਵਿੱਚ ਸੋਜ ਤੱਕ ਐਕਸ-ਰੇ ਨਹੀਂ ਦੱਸ ਸਕਦਾ, ਸਿਰਫ ਤੇ ਸਿਰਫ ਇਕੱਲਾ ਹੱਡੀ ਦੇ ਵਿੱਚ ਫ੍ਰੈਕਚਰ, ਲੰਗਸ ਦੇ ਵਿੱਚ ਤੁਹਾਡੇ ਫੇਫੜਿਆਂ ਦੇ ਵਿੱਚ ਕੋਈ ਰੇਸ਼ਾ ਵਗੈਰਾ ਤਾਂ ਨਹੀਂ ਭਰਿਆ, ਕੋਈ ਟੀਬੀ ਤਾਂ ਨਹੀਂ ਹੈ ਤੁਹਾਨੂੰ, ਟਿਊਬਰਕਲੋਸਿਸ ਫੇਫੜਿਆਂ ਦਾ, ਇੱਦਾਂ ਦੀਆਂ ਚੀਜ਼ਾਂ, ਨਿਮੋਨੀਆ ਵਗੈਰਾ ਚੀਜ਼ਾਂ ਡਿਟੈਕਟ ਕਰਨ ਵਾਸਤੇ ਐਕਸ-ਰੇ ਨੂੰ ਯੂਜ਼ ਕੀਤਾ ਜਾਂਦਾ ਹੈ। ਮਾਸ ਫਟਿਆ ਜਾਂ ਫਿਰ ਕੋਈ ਸੋਜ ਜਾਂ ਫਿਰ ਕੋਈ ਮਸਲ ਦੀ ਟੇਅਰਿੰਗ, ਇੱਦਾਂ ਦੀ ਚੀਜ਼ ਦੇਖਣ ਵਾਸਤੇ ਐਕਸ-ਰੇ ਨੂੰ ਨਹੀਂ ਵਰਤਿਆ ਜਾਂਦਾ, ਨਾ ਹੀ ਐਕਸ-ਰੇ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੀਆਂ। ਤਾਂ ਇਹ ਗੱਲਾਂ ਤੋਂ ਤੁਸੀਂ ਥੋੜ੍ਹਾ ਅਵੇਅਰ ਰਹੋ।